हां जी दोस्तों बहुत-बहुत स्वागत है ਤੁਹਾਡਾ ਸਾਡੇ YouTube ਚੈਨਲ ਦੇ ਉੱਤੇ ਤਾਂ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਪੰਜਾਬ ਪੁਲਿਸ ਵਿੱਚ ਜਿੰਨਾ ਕੈਂਡੀਡੇਟਾਂ ਦੇ ਨਾਮ ਆਏ ਹਨ ਉਹਨਾਂ ਨੂੰ ਵੀ ਇਸ ਕਾਰਨ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਫਿਜ਼ੀਕਲ ਟੈਸਟ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਕੋਈ ਵੀ ਕਿਸੇ ਪ੍ਰਕਾਰ ਦੀ ਫਾਲਤੂ ਗੱਲ ਨਹੀਂ ਹੋਵੇਗੀ ਟੂ ਦੀ ਪੁਆਇੰਟ ਗੱਲ ਆਪਾਂ ਕਰਨੀ ਹੈ ਜੇਕਰ ਚੈਨਲ ਦੇ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਹੀ ਬੈਲ ਆਈਕਨ ਨੂੰ ਦਬਾ ਦਿਓ ਡਿਸਕ੍ਰਿਪਸ਼ਨ ਦੇ ਵਿੱਚ ਜਾਓਗੇ ਵਟਸਐਪ ਗਰੁੱਪ ਮਿਲ ਜਾਊਗਾ ਵਟਸਐਪ ਗਰੁੱਪ ਦੇ ਵਿੱਚ ਕਿਰਪਾ ਕਰਕੇ ਜਰੂਰ ਸ਼ਾਮਲ ਹੋਵੋ ਸਾਡੇ ਦੇ ਵਿੱਚ ਤਾਂ ਕਿ ਤੁਹਾਨੂੰ ਹਰ ਇੱਕ ਇਹੋ ਜਿਹੀ ਅਪਡੇਟ ਜੌਬ ਨਾਲ ਸੰਬੰਧਿਤ ਪੰਜਾਬ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਹਰ ਇੱਕ ਅਪਡੇਟ ਮਿਲ ਸਕੇ ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦੋਸਤੋ ਤੁਹਾਨੂੰ ਪਤਾ ਹੀ ਹੈ ਜਦੋਂ ਤੁਸੀਂ ਕੋਈ ਵੀ ਭਾਰਤੀ ਦਾ ਟ੍ਰਾਇਲ ਦੇਣ ਜਾਣੇ ਹੋ ਤਾਂ ਤੁਹਾਡੇ ਕੋਲੇ ਇੱਕ ਐਡਮਿਟ ਕਾਰਡ ਅਤੇ ਇੱਕ ਤੁਹਾਡਾ ਆਧਾਰ ਕਾਰਡ ਹੋਣਾ ਜ਼ਰੂਰੀ ਹੈ ਤੇ ਨਾਲ ਹੀ ਇਹਨਾਂ ਨੇ ਇੱਕ ਹੋਰ ਚੀਜ਼ ਐਡ ਕੀਤੀ ਆ ਮੈਂ ਹੁਣ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇਣ ਲੱਗਾ ਆ ਇਹ ਸਪੈਸ਼ਲ ਵੀਡੀਓ ਉਸ ਕਰਕੇ ਹੀ ਸੀ ਜੇ ਤੁਹਾਡੇ ਕੋਲੇ ਆ ਚੀਜ਼ ਨਾ ਹੋਵੇਗੀ ਇਹਦੇ ਵਿੱਚ ਦੋਸਤੋ ਤੁਸੀਂ 7 ਨੰਬਰ ਕਾਲਮ ਦੇਖੋ ਉਮੀਦਵਾਰ ਨੂੰ ਦੋਵਾਂ ਟੀਕਿਆਂ ਦਾ ਆਪਣਾ ਟੀਕਾ ਕਰਨ ਸਰਟੀਫਿਕੇਟ ਜਿਹੜੇ ਤੁਹਾਡੇ ਟੀਕੇ ਲੱਗੇ ਆ ਉਹ ਦੋਵਾਂ ਟੀਕਿਆਂ ਦਾ ਸਰਟੀਫਿਕੇਟ ਤੁਹਾਨੂੰ ਨਾਲ ਲੈ ਕੇ ਜਾਣਾ ਪਊਗਾ ਸੋ ਇਹ ਤੁਸੀਂ ਟੀਕੇ ਇਹ ਨਹੀਂ ਹੈਗਾ ਵੀ ਤੁਸੀਂ ਉਸ ਤੋਂ 2 ਦਿਨ ਪਹਿਲਾਂ ਲਵਾ ਲਵੋ ਕਿਉਂਕਿ ਕਈ ਵਾਰੀ ਬੁਖਾਰ ਹੋ ਜਾਂਦਾ ਤੁਹਾਨੂੰ ਫਿਜ਼ੀਕਲ ਦੇ ਵਿੱਚ ਪ੍ਰੋਬਲਮ ਵੀ ਆ ਸਕਦੀ ਹੈ ਜੇ ਤਾਂ ਤੁਹਾਡੇ ਟੀਕੇ ਲੱਗੇ ਆ ਉਹਨਾਂ ਦਾ ਸਰਟੀਫਿਕੇਟ ਹੋਣਾ ਚਾਹੀਦਾ ਤੇ ਅੱਗੇ ਦੇਖੋ ਜਾਂ ਆਰਟੀ ਪੀਸੀਆਰ 네ਗੇਟਿਵ ਰਿਪੋਰਟ ਜੋ 72 ਘੰਟਿਆਂ ਤੋਂ ਵੱਧ ਪੁਰਾਣੀ ਨਾ ਹੋਵੇ 4 ਦਿਨਾਂ ਤੋਂ ਵੱਧ ਪੁਰਾਣੀ ਨਾ ਹੋਵੇ 네ਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ ਤੁਹਾਡੀ ਕੋਰੋਨਾ 네ਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ ਜਿਹੜੀ 72 ਘੰਟਿਆਂ ਤੋਂ ਵੱਧ ਪੁਰਾਣੀ ਨਾ ਹੋਵੇ ਲਿਆਉਣਾ ਜ਼ਰੂਰੀ ਹੈ ਤੇ ਇਹਦੇ ਵਿੱਚ ਇਹਨਾਂ ਨੇ ਇਹੀ ਲਿਖਿਆ ਲੋਡਿੰਗ ਦੇ ਸਰਟੀਫਿਕੇਟ ਰਿਪੋਰਟਾਂ ਦੀ ਅਨਹੋਂਦ ਵਿੱਚ ਉਮੀਦਵਾਰ ਨੂੰ ਪੜਾ ਪੜਾ ਲਈ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਸੋ ਦੋਸਤੋ ਤੁਸੀਂ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਜਾਂ ਤਾਂ ਤੁਹਾਡੇ ਕੋਲੇ ਦੋ ਟੀਕਿਆਂ ਦਾ ਟੀਕੇ ਕਰਨ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਤੇ ਨਹੀਂ ਤੁਹਾਡੇ ਕੋਲੇ ਆਰਟੀ ਪੀਸੀਆਰ ਐਕਟਿਵ ਰਿਪੋਰਟ ਜੋ 72 ਘੰਟੇ ਪਹਿਲਾਂ ਕਰਾਉਣੀ ਆ ਤੁਸੀਂ ਉਹ ਜ਼ਰੂਰੀ ਹੈ ਜਿਵੇਂ ਮੰਨ ਲਓ ਤੁਹਾਡਾ 6 ਤਰੀਕ ਨੂੰ ਜੇ ਫਿਜ਼ੀਕਲ ਟੈਸਟ ਆ ਤਾਂ 3 ਤਰੀਕ ਨੂੰ ਤੁਸੀਂ ਰਿਪੋਰਟ ਕਰਾ ਸਕਦੇ ਹੋ 네ਗੇਟਿਵ ਰਿਪੋਰਟ ਹੋਣੀ ਇਹ ਸਾਡੇ ਤੁਹਾਡੇ ਕੋਲੇ ਜ਼ਰੂਰੀ ਹੈ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ